ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਇਸ ਟਾਈਮ ਅਸੀਂ ਪਿੰਡ ਸੁਜਾਨਪੁਰ ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਕਾਦੀਆਂ ਦਾ ਪਿੰਡ ਹੈ, ਉੱਥੋਂ ਪਿੰਡ ਦੇ ਵਿੱਚ ਅਸੀਂ ਜਿਹੜੇ ਸਰਪੰਚ ਸਾਹਿਬ ਨੇ ਉੱਥੋਂ ਦੇ ਬਲਜੀਤ ਸਿੰਘ ਸਨ ਆਫ ਸੁਖਬੀਰ ਸਿੰਘ ਉਹਨਾਂ ਦੇ ਨਿਵਾਸ ਸਥਾਨ 'ਤੇ ਉਹਨਾਂ ਦੇ ਨਾਲ ਹੀ ਬੈਠੇ ਹਾਂ ਅਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਕਰੋਨਾ ਮਹਾਂਮਾਰੀ ਚੱਲ ਰਹੀ ਹੈ ਪੂਰੇ ਸੰਸਾਰ ਦੇ ਵਿੱਚ, ਉਸ ਸੰਬੰਧਿਤ ਉਹਨਾਂ ਨਾਲ ਗੱਲਬਾਤ ਸਹੀ ਕਰਾਂਗੇ ਕਿ ਉਹਨਾਂ ਦੇ ਪਿੰਡ ਵਿੱਚ ਕਿੰਨੇ ਕੁ ਐਸੇ ਵਿਅਕਤੀ ਆਏ ਕਿ ਜਿਨ੍ਹਾਂ ਨੂੰ ਉਹਨਾਂ ਨੇ ਕੁਆਰੰਟਾਈਨ ਕਰਾਇਆ ਹੋਵੇ ਜਾਂ ਹੋਮ ਕੁਆਰੰਟਾਈਨ ਹੋਏ ਹੋਣ, ਚਾਹੇ ਹੋਸਪਿਟਲ ਦੇ ਵਿੱਚ ਉਹਦੇ ਵਿੱਚ ਕੋਈ ਪੋਜ਼ਿਟਿਵ ਆਇਆ ਹੋਵੇ, ਅਤੇ ਇਸ ਸੰਬੰਧਿਤ ਆਪਾਂ ਸਾਰੀ ਜਾਣਕਾਰੀ ਲਵਾਂਗੇ। ਉਸ ਤੋਂ ਇਲਾਵਾ ਜਿਹੜੀਆਂ ਉਸ ਦੌਰਾਨ ਗੌਰਮੈਂਟ ਦੀਆਂ ਸਕੀਮਾਂ ਆਈਆਂ ਸੀ ਉਹ ਇਹਨਾਂ ਦੇ ਪਿੰਡ ਵਿੱਚ ਲੋੜਵੰਦ ਪਰਿਵਾਰਾਂ ਦੀ ਜਿਹੜੀਆਂ ਸਕੀਮਾਂ ਸੀ ਉਹ ਇਹਨਾਂ ਦੇ ਪਿੰਡ ਮਿਲੀਆਂ ਕਿ ਨਹੀਂ, ਉਸ ਸੰਬੰਧਿਤ ਵੀ ਗੱਲਬਾਤ ਕਰਾਂਗੇ। ਫਿਰ ਹੋਰ ਉਸ ਤੋਂ ਇਲਾਵਾ ਜਿਹੜੇ ਕਿ ਕੈਪਟਨ ਸਾਹਿਬ ਨੇ ਇੱਕ ਬਹੁਤ ਵਧੀਆ ਐਲਾਨ ਕੀਤਾ ਸੀ ਕਿ ਸਮਾਰਟ ਵਿਲੇਜ ਅਤੇ ਸਮਾਰਟ ਸਕੂਲ ਅਤੇ ਸਮਾਰਟ ਸਿਟੀ ਹੋਣਗੇ, ਉਸ ਸੰਬੰਧਿਤ ਵੀ ਆਪਾਂ ਗੱਲ ਕਰਾਂਗੇ ਕਿ ਵਾਕਿਆ ਹੀ ਇਹਨਾਂ ਦਾ ਪਿੰਡ ਇੱਕ ਸਮਾਰਟ ਵਿਲੇਜ ਬਣ ਰਿਹਾ ਹੈ, ਕਿ ਉਹ ਜਿਸ ਤਰ੍ਹਾਂ ਕਿ ਸਮਾਰਟ ਵਿਲੇਜ ਲਈ ਹੋਣਾ ਚਾਹੀਦਾ ਹੈ ਇੱਕ ਪਿੰਡ, ਕਿ ਉਸ ਤਰੀਕੇ ਦਾ ਪਿੰਡ ਇਹ ਬਣ ਰਿਹਾ ਜਾਂ ਹੈ ਜਾਂ ਨਹੀਂ। ਅਤੇ ਆਓ ਹੁਣ ਗੱਲਬਾਤ ਕਰਦੇ ਹਾਂ ਆਪਾਂ ਸਰਪੰਚ ਬਲਜੀਤ ਸਿੰਘ ਜੀ ਦੇ ਨਾਲ ਪਿੰਡ ਸੁਜਾਨਪੁਰ ਤੋਂ। ਹਾਂਜੀ ਸਰਪੰਚ ਸਾਹਿਬ, ਤੁਸੀਂ ਆਪਣੇ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ, ਤੁਹਾਨੂੰ ਉਹਨਾਂ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ? ਸਭ ਤੋਂ ਪਹਿਲਾਂ ਮੈਂ ਤੁਹਾਡਾ ਇੱਥੇ ਆਉਣ 'ਤੇ ਬਹੁਤ ਧੰਨਵਾਦ ਕਰਦਾ ਹਾਂ। ਮੈਂ ਸਰਪੰਚ ਪਿੰਡ ਸੁਜਾਨਪੁਰ ਬਲਜੀਤ ਸਿੰਘ ਸਾਰੇ ਹੀ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਮੈਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ, ਅਤੇ ਆਪਣੀ ਹੈਸੀਅਤ ਤੋਂ ਵੱਧ ਮੈਂ ਪਿੰਡ ਵਿੱਚ ਕੰਮ ਕਰਵਾ ਰਿਹਾ ਹਾਂ। ਜੋ ਸਰਕਾਰ ਵੱਲੋਂ ਸਹਾਇਤਾ ਸਾਨੂੰ ਹੁਣ ਤੱਕ ਮਿਲੀ ਆ, ਅਸੀਂ ਕੋਲੋਂ ਪੱਲਿਓਂ ਪੈਸੇ ਲਾ ਕੇ ਵੀ ਵੱਧ ਤੋਂ ਵੱਧ ਪਿੰਡ ਦੇ ਕੰਮ ਕਰਵਾਏ ਆ। ਸੋ ਸਾਨੂੰ ਹੁਣ ਪਿੱਛੇ ਜੇ 5 ਲੱਖ ਰੁਪਈਆ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਰਾਜ ਸਭਾ ਮੈਂਬਰ ਉਹਨਾਂ ਵੱਲੋਂ ਦਿੱਤਾ ਗਿਆ ਸੀ, ਜਿਹਦਾ ਅਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਪਿੰਡ ਵਿੱਚ ਕੰਮ ਕਰਵਾਇਆ ਵਾ, ਅਤੇ ਪਿੰਡ ਵਾਸੀ ਬਹੁਤ ਆਪਣੇ ਨਾਲ ਸਹਿਮਤ ਵਾ। ਸੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਕੋਲ ਪਹੁੰਚੇ ਹੋ। ਅਤੇ ਨੰਬਰ 2 ਤੁਸੀਂ ਪੁੱਛਿਆ ਵਾ ਵੀ ਕੋਰੋਨਾ ਮਹਾਂਮਾਰੀ ਬਾਰੇ, ਉਹਦੇ ਵੱਲੋਂ ਸਾਡੇ ਪਿੰਡ 14-15 ਵਿਅਕਤੀ ਜਿਹੜੇ ਬਾਹਰ ਦੇ ਮੁਲਕ ਤੋਂ ਆਏ ਸੀ, ਉਹਨਾਂ ਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਦੇਖ ਰੇਖ ਉਹਨਾਂ ਦੀ ਕੀਤੀ ਆ। ਅਤੇ ਉਹ ਸਰ ਘਰ ਦੇ ਵਿੱਚ ਹੀ ਸਾਰੀ ਮਤਲਬ ਉਹਨਾਂ ਦੀ ਹੋਏ? ਹਾਂ, ਘਰ ਦੇ ਵਿੱਚ ਇਹਨਾਂ ਨੂੰ ਅਸੀਂ 14 ਦਿਨ ਵਾਸਤੇ ਕੁਆਰੰਟਾਈਨ ਕੀਤਾ ਸੀ। ਸੋ ਅਤੇ ਉਸ ਤੋਂ ਇਲਾਵਾ ਬਾਹਰ ਦੀ ਜਿੱਦਾਂ ਕੰਟਰੀ 'ਚੋਂ ਆਏ ਸੀ 14-15 ਜਣੇ, ਅਤੇ ਬਾਹਰਲੀ ਸਟੇਟ 'ਚੋਂ ਵੀ ਆਪਣੇ ਪਿੰਡ 'ਚ ਆਏ ਨੇ? ਹਾਂ, ਬਾਹਰ ਦੀ ਸਟੇਟ ਤੋਂ ਹੀ ਆਏ ਸੀ। ਉਹ ਜੋ ਸੰਸਥਾ ਬਣਾਈਆਂ ਸੀ ਸਰਕਾਰ ਨੇ, ਉੱਥੇ 3-4 ਦਿਨ ਰੱਖਣ ਤੋਂ ਬਾਅਦ ਉਹਨਾਂ ਨੂੰ ਪਿੰਡ ਭੇਜ ਦਿੰਦੇ ਸੀ, ਅਤੇ ਅਸੀਂ ਉਹਨਾਂ ਦਾ ਵੀ ਬਹੁਤ ਵਧੀਆ ਤਰੀਕੇ ਨਾਲ ਖਿਆਲ ਰੱਖਿਆ ਵਾ। ਆਪ ਜਾ ਕੇ ਉਹਨਾਂ ਇਸ ਟਾਈਮ ਉਹ ਜਿਹੜੇ ਸਾਰੇ ਆਏ ਸੀ ਜਿਹੜੇ ਆਊਟ ਆਫ ਕੰਟਰੀ ਤੋਂ ਵੀ ਜਾਂ ਜਿਹੜੇ ਆਊਟ ਆਫ ਸਟੇਟ ਤੋਂ, ਉਹ ਸਾਰੇ ਠੀਕ ਨੇ? ਹਾਂ, ਬਿਲਕੁਲ ਠੀਕ ਹੈ। ਮਤਲਬ ਕੋਈ ਪੋਜ਼ਿਟਿਵ ਕੇਸ ਨਹੀਂ ਨਿਕਲਿਆ? ਕੋਈ ਡਿਫਰੈਂਟ ਕੇਸ ਨਹੀਂ ਨਿਕਲਿਆ। ਅੱਛਾ ਜੀ। ਅਤੇ ਸਰ ਉਸ ਦੌਰਾਨ ਜਿਹੜੀਆਂ ਕਿ ਗੌਰਮੈਂਟ ਦੀਆਂ ਸਕੀਮਾਂ ਆਈਆਂ ਸੀ ਜਾਂ ਸੈਂਟਰ ਗੌਰਮੈਂਟ ਦੀਆਂ ਜਾਂ ਪੰਜਾਬ ਗੌਰਮੈਂਟ ਦੀਆਂ, ਕਿ ਲੋੜਵੰਦ ਪਰਿਵਾਰਾਂ ਲਈ ਅਨਾਜ ਆਇਆ ਸੀ, ਅਤੇ ਉਹ ਆਪਣੇ ਪਿੰਡ ਵਿੱਚ ਜਿੰਨੇ ਵੀ ਲੋੜਵੰਦ ਪਰਿਵਾਰ ਸੀ ਸਾਰਿਆਂ ਨੂੰ ਮਿਲਿਆ ਜੀ? ਹਾਂਜੀ, ਸਾਰਿਆਂ ਨੂੰ ਮਿਲਿਆ, ਸਾਰਿਆਂ ਨੂੰ ਮਿਲਿਆ ਜੋ ਵੀ ਸਹਾਇਤਾ ਸਾਨੂੰ ਸਰਕਾਰ ਵੱਲੋਂ ਮਿਲੀ ਆ। ਇਸ ਤੋਂ ਇਲਾਵਾ ਅਸੀਂ ਆਪਣੇ ਕੋਲੋਂ ਵੀ ਵੱਧ ਤੋਂ ਵੱਧ ਜਿਹੜਾ ਅਸੀਂ ਲਾਕਡਾਊਨ ਦੌਰਾਨ 30-35 ਪਰਿਵਾਰਾਂ ਨੂੰ ਕੋਲੋਂ ਮੈਂ ਰਾਸ਼ਨ ਵੀ ਵੰਡਿਆ ਸੀ, ਜੋ ਵੀ ਕਿਸੇ ਦੀ ਸਹਾਇਤਾ ਜਿੱਥੋਂ ਤੱਕ ਹੋ ਸਕੀ ਆ, ਮਤਲਬ ਜਿਹੜੀ ਲੋੜਵੰਦ ਪਰਿਵਾਰਾਂ ਦੀ ਜ਼ਰੂਰਤ ਸੀ ਉਹ ਪੂਰੀ ਕੀਤੀ ਹੈ ਜੀ। ਠੀਕ ਹੈ ਜੀ, ਬਹੁਤ ਵਧੀਆ ਸਾਰੇ, ਕਿ ਇੱਕ ਉਹ ਸਮਾਜਿਕ ਸੇਵਾ ਹੀ ਉਹ, ਕਿ ਉਸ ਟਾਈਮ 'ਤੇ ਤਾਂ ਸਰ ਬਹੁਤ ਲੋੜਵੰਦ ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਬੜੀ ਮੁਸੀਬਤ ਦਾ ਟਾਈਮ ਆ ਗਿਆ ਸੀ, ਅਤੇ ਵਾਕਿਆ ਹੀ ਪਿੰਡਾਂ ਵਿੱਚ ਬਹੁਤ ਸਮਾਜਿਕ ਸੰਸਥਾਵਾਂ ਨੇ ਵੀ ਹੈਲਪ ਕੀਤੀ ਹੈ, ਅਤੇ ਜਿਹਦੇ ਨਾਲ ਕਿ ਸਾਡਾ ਜਿਹੜਾ ਪੰਜਾਬ ਇਸੇ ਕਰਕੇ ਮੰਨਿਆ ਜਾਂਦਾ ਕਿ ਪੰਜਾਬ ਜਿਹੜਾ ਇੱਕ ਖੁਸ਼ਹਾਲ ਸਟੇਟ ਹੈ ਇਹ। ਅਤੇ ਅੱਛਾ, ਇਸ ਤੋਂ ਇਲਾਵਾ ਸਰ ਆਪਣੇ ਪਿੰਡ ਵਿੱਚ ਜਿੱਦਾਂ ਤੁਹਾਡੇ ਇੱਧਰ ਮੈਂ ਇਲਾਕੇ ਦੇ ਵਿੱਚ ਅਸੀਂ ਸਾਰੇ ਤੁਹਾਡੇ ਸਰਵੇ ਕਰ ਕੀਤਾ,
ਅਤੇ ਜ਼ਿਆਦਾਤਰ ਦੇਖਣ ਨੂੰ ਮਿਲਿਆ ਕਿ ਜਿਹੜੀਆਂ ਸ਼ਮਸ਼ਾਨ ਘਾਟ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ, ਅਤੇ ਆਪਣੇ ਪਿੰਡ ਦੀ ਸ਼ਮਸ਼ਾਨ ਘਾਟ ਦਾ ਕਿੱਦਾਂ ਹੈ? ਦੇਖੋ ਜੀ, ਜੇ ਸਭ ਤੋਂ ਪਹਿਲਾਂ ਮੈਂ ਸਰਪੰਚ ਭੰਨ ਤੋਂ ਇਸ ਪਿੰਡ ਵਾਲਿਆਂ ਨਾਲ ਵਾਅਦਾ ਕੀਤਾ ਸੀਗਾ ਵੀ ਮੈਂ ਸ਼ਮਸ਼ਾਨ ਘਾਟ ਦਾ ਪਹਿਲ ਦੇ ਆਧਾਰ 'ਤੇ ਕੰਮ ਕਰੂੰਗਾ, ਬਿਨਾਂ ਗ੍ਰਾਂਟ ਤੋਂ, ਬਿਨਾਂ ਕਿਸੇ ਸਾਨੂੰ ਪੈਸਾ ਮਿਲਣ ਤੋਂ ਸਰਕਾਰ ਤੋਂ ਇਲਾਵਾ, ਅਸੀਂ ਕੋਲੋਂ ਆਪਣੇ ਪੱਲਿਓਂ ਜਿਹੜਾ ਉਹ ਸ਼ਮਸ਼ਾਨ ਘਾਟ 'ਤੇ ਲਾਇਆ ਵਾ, ਉਹਦੀ ਚਾਰ ਦੀਵਾਰੀ ਕੀਤੀ ਆ, ਥੱਲੇ ਇੰਟਰਲਾਕ ਲਵਾ ਕੇ ਵਧੀਆ ਅਸੀਂ ਜਿਹੜਾ ਉਸਨੂੰ ਠੀਕ ਹੈ ਜੀ। ਮਤਲਬ ਤੁਹਾਡੀ ਸ਼ਮਸ਼ਾਨ ਘਾਟ ਪਿੰਡ ਦੀ ਜਿਹੜੀ ਹੈ ਤੁਸੀਂ ਆਪਣੇ ਸਰਪੰਚੀ ਦੇ ਦੌਰਾਨ ਬਣਾਈ ਹੈ, ਅਤੇ ਉਸ ਤੋਂ ਇਲਾਵਾ ਪਾਣੀ ਦਾ ਨਿਕਾਸ ਠੀਕ ਹੈ ਪਿੰਡ ਦੇ? ਗੰਦੇ ਪਾਣੀ ਦਾ ਨਿਕਾਸ ਠੀਕ ਹੈ ਜੀ, ਰੁਕਦਾ ਤਾਂ ਨਹੀਂ ਪਾਣੀ? ਜਿੱਦਾਂ ਬਾਰਿਸ਼ ਵਗੈਰਾ ਹੁੰਦੀ ਹੋਵੇ ਅਤੇ ਪਾਣੀ ਓਵਰਫਲੋ ਹੋ ਕੇ, ਅਤੇ ਕਈਆਂ ਪਿੰਡਾਂ 'ਚ ਇੱਦਾਂ ਨਾ ਕਿ ਲੋਕਾਂ ਦੇ ਘਰਾਂ 'ਚ ਆਉਂਦਾ, ਉਹ ਕਹਿੰਦੇ ਕਿ ਓਵਰਫਲੋ ਹੋ ਜਾਂਦਾ ਛੱਪੜ, ਅਤੇ ਉਹਦੇ ਨਾਲ ਫਿਰ ਵਾਪਸ ਘਰਾਂ 'ਚ ਆਉਂਦਾ ਸੱਪ ਵੀ ਆ ਜਾਂਦੇ, ਕਹਿੰਦੇ ਬੜੇ ਹੋਰ ਇੱਦਾਂ ਜ਼ਹਿਰੀਲੇ ਜਾਨਵਰ ਜਿਹੜੇ ਨੇ। ਸਾਡੇ ਪਿੰਡ ਆ ਜੀ ਕੋਈ ਪ੍ਰੋਬਲਮ ਨਹੀਂ ਆ, ਪਿੰਡ ਦੇ ਲਾਗੇ ਡਰੇਨ ਆ, ਕੁਝ ਪਿੰਡ ਦਾ ਪਾਣੀ ਉੱਥੇ ਪੈਣ ਡਿਆ, ਸੱਪਰ ਬਹੁਤ ਵੱਡਾ ਵਾ ਜਿਸ ਦੀ ਪਟਾਈ ਕਰਵਾ ਦਿੱਤੀ ਗਈ ਆ, ਕੋਈ ਪਾਣੀ ਦਾ ਓਵਰਫਲੋ ਨਹੀਂ, ਮਤਲਬ ਸਫਾਈ ਹੋ ਗਈ। ਹਾਂਜੀ ਸਫਾਈ ਹੋ ਗਈ। ਅੱਛਾ, ਸਫਾਈ ਵੀ ਕਰਵਾ ਦਿੱਤੀ ਸੱਪਰ ਦੀ, ਠੀਕ ਹੈ ਜੀ। ਅਤੇ ਵਾਟਰ ਸਪਲਾਈ ਦਾ ਕਿੱਦਾਂ ਸਰ? ਦੇਖੋ ਜੀ, ਵਾਟਰ ਸਪਲਾਈ ਦਾ ਨਹੀਂ ਇੱਥੇ ਕੋਈ ਪ੍ਰਬੰਧ ਹੈਗਾ, ਨਲਕੇ ਲੱਗੇ ਆ ਸਰਕਾਰੀ ਜਿਹੜੇ ਹੈਂਡ ਪੰਪ ਵਾ, ਉਹ 6-7 ਹੈਗੇ ਆ, ਬਹੁਤ ਵਧੀਆ, ਕੋਈ ਇਹੋ ਜਿਹੀ ਦਿੱਕਤ ਨਹੀਂ ਆ। ਉੱਦਾਂ ਵਾਟਰ ਸਪਲਾਈ ਦੀ ਸਰ ਜ਼ਰੂਰਤ ਨਹੀਂ ਪਿੰਡ ਦੇ ਵਿੱਚ? ਨਹੀਂ ਜ਼ਰੂਰਤ ਜੀ, ਵਾਟਰ ਸਪਲਾਈ ਦੀ ਕੋਈ ਜ਼ਰੂਰਤ ਨਹੀਂ ਆ। ਠੀਕ ਹੈ, ਠੀਕ ਹੈ। ਅਤੇ ਸਰ ਪੰਚਾਇਤ ਘਰ ਹੈ ਜੀ? ਨਹੀਂ ਜੀ, ਪੰਚਾਇਤ ਘਰ ਨਹੀਂ ਹੈ। ਪੰਚਾਇਤ ਘਰ ਨਹੀਂ ਹੈ? ਨਹੀਂ ਹੈ। ਅਤੇ ਫਿਰ ਸਰ ਮੀਟਿੰਗ ਵਗੈਰਾ ਜਿਹੜੀ ਕਰਦੇ ਕਿੱਥੇ ਬੈਠ ਕੇ ਕਰਦੇ? ਮੀਟਿੰਗ ਵਗੈਰਾ ਜਾਂ ਤਾਂ ਅਸੀਂ ਇੱਥੇ ਘਰ ਬਹਿ ਕੇ ਕਰ ਲਈਦੀ ਆ, ਜੇ ਨਹੀਂ ਕਿਤੇ ਜ਼ਿਆਦਾ ਜ਼ਰੂਰਤ ਹੋਵੇ ਤਾਂ ਗੁਰਦੁਆਰਾ ਸਾਹਿਬ ਸਕੂਲ ਦੇ ਵਿੱਚ ਅਸੀਂ ਬਹਿ ਕੇ ਤੇ ਕੋਈ ਵੀ ਜਿਹੜੀ ਗੱਲਬਾਤ ਉੱਥੇ ਕਰ ਲਈਦੀ। ਤੇ ਵੈਸੇ ਸਰ ਪੰਚਾਇਤ ਘਰ ਜ਼ਰੂਰੀ ਵੈਸੇ ਹੋਣਾ ਚਾਹੀਦਾ? ਹਾਂਜੀ, ਬਹੁਤ ਜ਼ਰੂਰੀ ਆ ਜੀ, ਪੰਚਾਇਤ ਘਰ ਬਹੁਤ ਜ਼ਰੂਰੀ ਆ, ਕਿਉਂਕਿ ਲੇਡੀਜ਼ ਮੈਂਬਰ ਪੰਚਾਇਤ ਵੀ ਹੁੰਦੀਆਂ ਨੇ, ਕਈ ਪ੍ਰੋਬਲਮਾਂ ਪਿੰਡ 'ਚ ਹੁੰਦੀਆਂ, ਫਿਰ ਕੋਈ ਅਲੱਗ ਜਗ੍ਹਾ ਹੋਏ ਜਿੱਥੇ ਬਹਿ ਕੇ ਫੈਸਲੇ ਕੀਤੇ ਜਾਣ। ਹਾਂਜੀ ਬਿਲਕੁਲ ਠੀਕ ਗੱਲ ਹੈ ਸਰ ਤੁਹਾਡੀ, ਕਿ ਪੰਚਾਇਤ ਘਰ ਜਿਹੜਾ ਜ਼ਰੂਰੀ ਹੈ, ਕਿ ਜੇਕਰ ਮੰਨ ਲਓ ਆਪਾਂ ਇੱਕ ਸਕੂਲ ਬਣਿਆ ਹੁੰਦਾ, ਬੱਚੇ ਸਕੂਲ ਜਾਂਦੇ, ਉਹਨਾਂ ਨੂੰ ਪਤਾ ਹੁੰਦਾ ਕਿ ਸਾਡੀ ਕਲਾਸ ਆ ਇੱਥੇ ਜਾ ਕੇ ਬੈਠਣਾ, ਅਤੇ ਜੇ ਪੰਚਾਇਤ ਬਣੀ ਹੈ ਤਾਂ ਉਹਦੇ ਵਾਸਤੇ ਜਗ੍ਹਾ ਵੀ ਹੋਣੀ ਚਾਹੀਦੀ ਕਿ ਜਿੱਥੇ ਪਤਾ ਹੋਵੇ ਪਿੰਡ ਵਾਸੀਆਂ ਨੂੰ ਵੀ ਪਤਾ ਹੋਵੇ ਕਿ ਉੱਥੇ ਪੰਚਾਇਤ ਘਰ ਬਣਿਆ ਅਤੇ ਅਸੀਂ ਉੱਥੇ ਜਾ ਕੇ ਫੈਸਲਾ ਜਿਹੜਾ ਕੋਈ ਕਰਵਾਉਣਾ ਜਾਂ ਉੱਥੇ ਕੰਪਲੇਂਟ ਕਰਨੀ ਆ, ਅਤੇ ਇਹ ਜ਼ਰੂਰੀ ਹੈ ਪੰਚਾਇਤ ਘਰ। ਅਤੇ ਕੋਈ ਜੰਝ ਘਰ ਵੀ ਹੈ ਸਰ ਜਿੱਥੇ ਕਿ ਲੋੜਵੰਦ ਜਿਹੜੇ ਪਰਿਵਾਰ ਹੋਣ, ਕਿ ਕੋਈ ਆਪਣਾ ਪ੍ਰੋਗਰਾਮ ਕਰਨਾ ਹੋਵੇ ਕਿਸੇ ਨੇ ਖੁਸ਼ੀ ਦਾ ਕਮੀ ਦਾ, ਉਹ ਕਰ ਸਕਣ? ਨਹੀਂ ਜੀ, ਜੰਝ ਘਰ ਧਰਮਸ਼ਾਲਾ ਕੋਈ ਧਰਮਸ਼ਾਲਾ ਨਹੀਂ, ਕੋਈ ਜੰਝ ਘਰ ਨਹੀਂ ਹੈਗਾ ਸਰ। ਇਹ ਜਗ੍ਹਾ ਨਾ ਹੋਣ ਦੇ ਕਾਰਨ ਕਿ ਜਾਂ ਗਰਾਊਂਡ ਨਾ ਹੋਣ ਦੇ ਕਾਰਨ? ਜਗ੍ਹਾ ਤਾਂ ਮੇਰੇ ਪਿੰਡ ਵਾਧੂ ਆ ਜੀ, ਜਗ੍ਹਾ ਤਾਂ ਹੈਗੀ ਆ, ਗਰਾਊਂਡ ਦੀ ਸਰਪੰਚ ਬਣਿਆ ਹੀ ਨਹੀਂ ਆ ਜਿਹਨੇ ਇਸ ਪਾਸੇ ਧਿਆਨ ਦਿੱਤਾ ਹੋਵੇ, ਬਟ ਅਸੀਂ ਇਹ ਕੰਮ ਕਰਨਾ ਚਾਹੁੰਦੇ ਹਾਂ, ਸਰਕਾਰ ਸਾਡੀ ਸਹਾਇਤਾ ਕਰੇ ਤਾਂ ਅਸੀਂ ਵੱਧ ਤੋਂ ਵੱਧ ਕੰਮ ਕਰੀਏ। ਵੇਖੋ, ਮੈਂ ਆਪਣੇ ਸਰਪੰਚੀ ਦੌਰਾਨ ਲੋਕਾਂ ਨੇ ਜਿਹੜੀ ਸਾਡੀ ਪੰਚਾਇਤ ਦੀ ਜਗ੍ਹਾ 'ਤੇ ਕਬਜ਼ੇ ਕੀਤੇ ਸੀਗੇ ਉਹ ਵੀ ਛਡਵਾਏ ਆ, ਸੱਪੜ ਬੜਾ ਵੱਡਾ ਸੀਗਾ ਉਹ ਮੱਲਿਆ ਸੀਗਾ ਚਾਰ ਸਵੇਰ ਨੂੰ, ਉਹ ਵੀ ਵਧੀਆ ਕਰਵਾ ਕਬਜ਼ਾ ਕੀਤਾ ਜਿਹੜਾ ਉਹ ਹਟਾ ਕੇ ਅਸੀਂ ਕੰਮ ਪਿੰਡ ਦੇ ਕਰਵਾਉਂਦੇ। ਸਰਪੰਚੀ ਦੇ ਦੌਰਾਨ ਕਰਾਏ ਆ, ਪਹਿਲੇ ਸਰਪੰਚਾਂ ਨੇ ਸਾਡੇ 25 ਸਾਲ ਤੋਂ, ਪਿਛਲੇ 25 ਸਾਲ ਪੰਚਾਇਤ ਦੀ ਜਗ੍ਹਾ 'ਤੇ ਨਜਾਇਜ਼ ਕਬਜ਼ਾ ਚੱਲ ਰਿਹਾ ਸੀ, ਜਿਹੜਾ ਮੈਂ ਹੁਣ ਆਣ ਕੇ ਆਪਣੇ ਟਾਈਮ ਹਟਾਇਆ। ਬਹੁਤ ਵਧੀਆ ਸਰ, ਇਹ ਤਾਂ ਪੰਚਾਇਤ ਦੀ ਜਗ੍ਹਾ 'ਤੇ ਤਾਂ ਸਰ ਪੰਚਾਇਤ ਦਾ ਹੀ ਰਾਜ ਹੋਣਾ ਚਾਹੀਦਾ ਵਾ, ਉਹ ਤਾਂ ਬਹੁਤ ਜ਼ਰੂਰੀ ਹੈ, ਅਤੇ ਜਿਹੜਾ ਅਜੇ ਤੱਕ ਕਿਸੇ ਨੇ ਸੋਚਿਆ ਨਹੀਂ ਗਲਤ ਗੱਲ ਹੈ।
ਇਹ ਤੁਸੀਂ ਬਹੁਤ ਵਧੀਆ ਕੰਮ ਕੀਤਾ ਕਿ ਜਿਹੜੀ ਪੰਚਾਇਤ ਦੀ ਜਗ੍ਹਾ ਪੰਚਾਇਤ ਨੂੰ ਦਵਾਈ ਦਾ ਹੱਕ ਦਿੱਤਾ ਪੰਚਾਇਤ ਨੂੰ। ਅਤੇ ਇਸ ਤੋਂ ਇਲਾਵਾ ਸਰ ਜਿੱਦਾਂ ਸਟਰੀਟ ਲਾਈਟਾਂ ਲੱਗੀਆਂ ਨੇ ਪਿੰਡਾਂ ਦੇ ਵਿੱਚ, ਸ਼ੀਸ਼ੇ ਲੱਗੇ ਨੇ ਆਪਣੇ ਮੋੜਾਂ ਦੇ ਉੱਤੇ, ਅਤੇ ਆਪਣੇ ਪਿੰਡ 'ਚ ਲੱਗੀਆਂ ਸਰ ਸਟਰੀਟ ਲਾਈਟ ਜਾਂ ਸ਼ੀਸ਼ੇ ਲੱਗੇ ਨੇ ਮੋੜਾਂ 'ਤੇ ਕਿ ਦਿਖਾਈ ਦੇਣ ਵਾਸਤੇ ਚੌਂਕ ਦੇ ਵਿੱਚ? ਨਹੀਂ ਜੀ, ਅਜੇ ਨਹੀਂ ਲੱਗੇ। ਸਾਡੇ ਸੋਚਿਆ ਹੈ ਵਾ ਵੀ ਕਾਲੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆ ਸ਼ੀਸ਼ੇ ਜ਼ਰੂਰ ਲਵਾਵਾਂਗੇ, ਕਿਉਂਕਿ ਸਾਡੇ ਦੋ ਜਗ੍ਹਾ ਉਹ ਜਿਹੀਆਂ ਨੇ ਜਿੱਥੇ ਲਗਭਗ ਐਕਸੀਡੈਂਟ ਹੁੰਦਾ ਹੀ ਰਹਿੰਦਾ ਵਾ, ਖਤਰਾ ਨਹੀਂ ਆ, ਉੱਥੇ ਦੋ ਵਾਰੀ ਐਕਸੀਡੈਂਟ ਹੋ ਚੁੱਕੇ ਆ। ਅਸੀਂ ਉੱਥੇ ਸੋਚ ਰਹੇ ਹਾਂ ਵੀ ਹੁਣ ਕਿਸੇ ਨਾ ਕਿਸੇ ਪਾਸਿਓਂ ਸਹਾਇਤਾ ਮਿਲਦੀ ਆ ਅਤੇ ਆਪਾਂ ਉਸ ਸ਼ੀਸ਼ੇ ਦਾ ਪ੍ਰਬੰਧ ਕਰੀਏ। ਅਤੇ ਸਟਰੀਟ ਲਾਈਟਾਂ ਸਰ ਨਹੀਂ ਸਰ, ਕਾਫੀ ਦੇਰ ਤੁਹਾਡੀ ਸਰਪੰਚੀ ਤੋਂ ਪਹਿਲਾਂ ਦੀਆਂ ਚੱਲਦਾ ਤੇ ਉਹ ਪਹਿਲਾਂ ਦੀਆਂ ਨਹੀਂ ਲੱਗੀਆਂ ਸਰ ਕੋਈ? ਕਿਸ ਸਰਪੰਚ ਨੇ ਇਸ ਬਾਰੇ ਸੋਚਿਆ? ਪਿੰਡ ਦੇ ਵਿਕਾਸ ਬਾਰੇ ਕਿਸ ਸਰਪੰਚ ਨੇ ਅਜੇ ਤੱਕ ਨਹੀਂ ਸੋਚਿਆ ਜੀ। ਹੁਣ ਜੋ ਪ੍ਰਤਾਪ ਬਾਜਵਾ ਨੇ ਸਾਨੂੰ ਪੈਸੇ ਦਿੱਤੇ ਸੀ ਉਹ ਅਸੀਂ ਲਾਏ ਆ, ਕੁਝ ਪਿੰਡ ਵਧੀਆ ਕਰ ਦਿੱਤਾ ਵਾ, ਲਗਭਗ ਜਿਹੜਾ ਰਹਿ ਗਿਆ ਉਹ ਵੀ ਜਲਦੀ ਤੋਂ ਜਲਦੀ ਅਸੀਂ ਚਾਹੁੰਦੇ ਹਾਂ ਵੀ ਮਤਲਬ ਮਤੇ ਸਾਰੇ ਤੁਹਾਡੇ ਮਤਲਬ ਨੌਲੇਜ ਸਾਰੇ ਕੰਮ ਸਾਰੇ ਹੈਗੇ ਆ ਉਹ ਅਸੀਂ ਆਪਣੇ ਕੁਝ ਸਮੇਂ ਦੌਰਾਨ ਹੀ ਕੰਪਲੀਟ ਕਰ ਦੇਵਾਂਗੇ। ਹਾਂ, ਮਤਲਬ ਜਿਹੜੇ ਕਿ ਤੁਹਾਨੂੰ ਜ਼ਰੂਰੀ ਜ਼ਰੂਰੀ ਲੱਗਣ ਡਿਆ ਉਹ ਕਰਵਾਈ ਜਾਣ ਡਿਆ ਜੇ, ਅਤੇ ਜਿਹੜੇ ਤੁਹਾਨੂੰ ਲੱਗਦਾ ਕਿ ਇਹ ਹਾਲੇ ਇਹਨਾਂ ਨੂੰ ਕੋਈ ਨਹੀਂ ਠਹਿਰ ਕੇ ਕਰ ਲਵਾਂਗੇ, ਥੋੜ੍ਹਾ ਰੋਕ ਵੀ ਸਕਦੇ ਹਾਂ, ਵੀ ਨੌਲੇਜ 'ਚ ਤੁਹਾਡੀ ਕਰਵਾ ਕੇ ਛੱਡਾਂਗੇ। ਅਤੇ ਸਰ ਇੱਕ ਉਹ ਤੁਹਾਡੀ ਪੰਚਾਇਤ ਤੋਂ ਵੀ ਤੁਹਾਡੀ ਸਰਪੰਚੀ ਦੀ ਮਤਲਬ ਦੌਰਾਨ ਪਹਿਲਾਂ ਦਾ ਚੱਲ ਰਿਹਾ ਇਹ ਸਿਸਟਮ ਕਿ ਓਪਨ ਜਿੰਮ ਦਾ, ਅਤੇ ਆਪਣੇ ਪਿੰਡ ਵਿੱਚ ਹੈ ਕੋਈ ਓਪਨ ਜਿੰਮ? ਦੇਖੋ ਸਾਡੇ ਪਿੰਡ ਸਾਮਲਾਟ ਜਗ੍ਹਾ 'ਤੇ ਇੱਕ ਕਮਰਾ ਬਣਾਇਆ ਸੀਗਾ ਸਰਪੰਚ ਨੇ ਪਿਛਲੇ ਨੇ, ਉੱਥੇ ਜਿੰਮ ਬਣਾਇਆ ਸੀ ਅਤੇ ਮੇਰੀ ਸਰਪੰਚੀ ਤੋਂ ਕੋਈ 6 ਮਹੀਨੇ ਪਹਿਲਾਂ ਉੱਥੋਂ ਸਮਾਨ ਵੀ ਉਹਨਾਂ ਚੁੱਕ ਲਿਆ, ਉਹ ਆਪਣੇ ਘਰ ਲੈ ਗਏ ਆ। ਹਾਂ, ਜਿਹੜੇ ਪਹਿਲੇ ਸਰਪੰਚ ਸੀ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਵੀ ਉਹ ਜਗ੍ਹਾ 'ਤੇ ਬੱਚੇ ਜਾਇਆ ਕਰਨ, ਜਾ ਕੇ ਆਪਣੀ ਐਕਸਰਸਾਈਜ਼ ਕਰਨ, ਅਤੇ ਉਹ ਨਹੀਂ ਜੀ ਸਾਡਾ ਕੋਈ ਹੱਲ ਹੋਇਆ, ਉਹਨਾਂ ਆਪਣੇ ਘਰ ਉਹ ਸਮਾਨ ਦਿੱਤੇ ਸਾਰਾ ਹੀ। ਅਤੇ ਉਹ ਸਰ ਤੁਸੀਂ ਉਹਦੇ ਬਾਰੇ ਪੰਚਾਇਤ ਔਫਿਸਰ ਜਾਂ ਬੀ ਡੀ ਓ ਸਾਹਿਬ ਉਹਨਾਂ ਨੂੰ ਦੱਸਿਆ ਨਹੀਂ? ਉਹਨਾਂ ਨੂੰ ਦੱਸਿਆ, ਬੀ ਡੀ ਓ ਨੂੰ ਦੱਸਿਆ, ਉਹਨਾਂ ਕਿ ਮਤਾ ਹੀ ਨਹੀਂ ਪਾਇਆ, ਉਹ ਪਤਾ ਨਹੀਂ ਕਿਹੜੇ ਤਰੀਕੇ ਨਾਲ ਉਹਨਾਂ ਸਮਾਨ ਲਿਆ, ਕੀ ਉਹਦਾ ਕੀਤਾ ਸਾਨੂੰ ਇਹਦੇ ਬਾਰੇ ਸਮਝ ਨਹੀਂ ਲੱਗਦਾ। ਤੁਹਾਨੂੰ ਹੈਂਡਓਵਰ ਉਹਨਾਂ ਨੇ ਕਰਵਾਇਆ ਨਹੀਂ ਕਿ ਬੀ ਡੀ ਓ ਸਾਹਿਬ ਨੇ ਵੀ ਆਹ ਸਮਾਨ ਆਇਆ ਇੱਦਾਂ? ਸਰ ਉਹਨਾਂ ਪਹਿਲਾਂ ਉੱਥੇ ਮਤੇ 'ਚ ਨਹੀਂ ਲਿਖਿਆ, ਪਤਾ ਨਹੀਂ ਕਿਹੜੇ ਤਰੀਕੇ ਨਾਲ ਲਿਖਿਆ ਨਹੀਂ ਆ, ਕਿਹੜੇ ਤਰੀਕੇ ਨਾਲ ਉਹ ਕਰ ਗਏ ਆ, ਕੀ ਕਰ ਗਏ ਆ, ਉਹਦੇ ਬਾਰੇ ਕੋਈ ਸਮਝ ਨਹੀਂ। ਸਰ ਦੋ ਨੰਬਰ 'ਚ ਹੀ ਹੋ ਗਿਆ, ਜਦੋਂ ਮਤਾ ਨਹੀਂ ਕੋਈ ਪਾਇਆ, ਕੋਈ ਧਿਆਨ ਨਹੀਂ ਕਿਸੇ ਦਾ, ਕੋਈ ਸਰਕਾਰੀ ਖਾਤੇ 'ਚ ਨਹੀਂ ਹੈਗਾ, ਉਹ ਫਿਰ 2 ਨੰਬਰ 'ਚ ਹੀ ਹੋ ਗਿਆ। ਅਤੇ ਉਹ ਚਾਹੀਦਾ ਜ਼ਰੂਰੀ ਹੈ ਕਿ ਉਹ ਜਿਹੜਾ ਸਮਾਨ ਹੈ ਉਹ ਤੁਹਾਡੀ ਸਰਪੰਚੀ ਦੌਰਾਨ ਤੁਹਾਨੂੰ ਹੈਂਡਓਵਰ ਕਰਨਾ ਚਾਹੀਦਾ ਸੀ ਉਹਨਾਂ ਨੂੰ ਕਿ ਇਹ ਸਰਪੰਚ ਸਾਹਿਬ ਓਪਨ ਜਿੰਮ ਜਿਹੜੀ ਸਰਕਾਰ ਵੱਲੋਂ ਚੱਲਦੀ ਸਕੀਮ ਉਹਦਾ ਸਰਕਾਰੀ ਸਮਾਨ ਹੈ ਅਤੇ ਆ ਲਓ ਅਤੇ ਤੁਹਾਨੂੰ ਹੈਂਡਓਵਰ ਕਰ ਦਿੰਦਾ, ਅਤੇ ਪਰ ਕੀਤਾ ਨਹੀਂ ਉਹਨਾਂ, ਗਲਤ ਗੱਲ ਆ। ਫਿਰ ਅੱਗੋਂ ਡਿਊਟੀ ਬਣਦੀ ਸੀ ਬੀ ਡੀ ਓ ਸਾਹਿਬ ਦੀ ਵੀ, ਅਤੇ ਪਹਿਲੇ ਸੈਕਟਰੀ ਸਾਹਿਬ ਦੀ ਵੀ, ਕਿ ਉਹ ਵੀ ਤੁਹਾਡੇ ਨਾਲ ਹੈਲਪ ਕਰਕੇ ਸਮਾਨ ਦੀ ਖੋਜ ਕਰਦੇ ਕਿ ਸਮਾਨ ਕਿੱਥੇ ਗਿਆ ਹੈ, ਅਤੇ ਉਹ ਪੜਤਾਲ ਕਰਕੇ ਸਮਾਨ ਦੀ ਸਮਾਨ ਲੱਭ ਕੇ ਅਤੇ ਤੁਹਾਨੂੰ ਹੈਂਡਓਵਰ ਕਰਨਾ ਚਾਹੀਦਾ ਸੀ ਉਹਨਾਂ ਨੂੰ, ਕਿ ਜਿਹੜਾ ਉਹ ਵੀ ਆਪਣੀ ਡਿਊਟੀ ਜਿਹੜੀ ਆ ਪੂਰੀ ਨਹੀਂ ਕੀਤੀ ਉਹਨਾਂ ਨੇ ਵੀ ਜਾਂ ਨਹੀਂ ਕਰ ਰਹੇ। ਇਹ ਵੀ ਗਲਤ ਗੱਲ ਹੈ ਸਰ, ਬਹੁਤ ਗਲਤ ਗੱਲ ਹੈ ਕਿ ਸਰਕਾਰੀ ਸਮਾਨ ਜਿਹੜਾ ਹੈ ਉਹ ਇੱਕ ਪਿੰਡ ਵਾਸੀ ਯੂਜ਼ ਨਹੀਂ ਕਰ ਰਿਹਾ, ਪਿੰਡ ਦੇ ਨੌਜਵਾਨ ਨਹੀਂ ਯੂਜ਼ ਕਰ ਰਿਹਾ, ਅਤੇ ਉਹ ਇੱਕ ਹੀ ਪਰਿਵਾਰ ਜਿਹਨੇ ਕਿ ਪਹਿਲਾਂ ਲਿਆਂਦਾ ਸਰਪੰਚ ਜਿਹੜੇ ਪੁਰਾਣੇ ਸੀ ਉਹੀ ਯੂਜ਼ ਕਰ ਰਹੇ ਨੇ, ਬਾਕੀ ਨੌਜਵਾਨ ਜਿਹੜੇ ਨੇ ਉਹ ਪਿੰਡ ਦੇ ਹੋਰਦਾ ਹੀ ਨੇ। ਅਤੇ ਸਰ ਹੋਰ ਇਸ ਤੋਂ ਇਲਾਵਾ ਜਿੱਦਾਂ ਗਰਾਊਂਡ ਹੁੰਦੀ ਹੈ ਜਾਂ ਪਾਰਕ ਹੁੰਦੀ ਹੈ ਉਹ ਹੈ ਆਪਣੇ ਪਿੰਡ ਦੇ ਵਿੱਚ ਕੋਈ? ਹਾਂ, ਗਰਾਊਂਡ ਮੇਰੇ ਪਿੰਡ 1 ਕਿੱਲਾ ਹੈਗੀ ਆ, ਲਗਭਗ ਉਹਦੀ 4 ਦੀਵਾਰੀ ਹੋਣ ਵਾਲੀ ਆ। ਉਹਦੇ ਦੁਆਲੇ ਬੂਟੇ ਪਿੱਛੇ ਸਰਕਾਰ ਨੇ ਜੋ ਕਿਹਾ ਸੀ ਸਰਪੰਚਾਂ ਨੂੰ ਵੀ 400-400 ਬੂਟਾ ਪਿੰਡ 'ਚ ਲਾਓ,
ਆਪਾਂ ਬੂਟੇ ਲਾਏ, ਬਹੁਤ ਦੇਖ ਰੇਖ ਕੀਤੀ ਮੇਰੇ ਪੰਚਾਇਤ ਦੇ ਨਾਲ। ਉਹ ਬੂਟੇ ਆ ਵੇਲੇ ਤਿਆਰ ਹੋ ਚੁੱਕੇ ਆ, ਬਹੁਤ ਅਸੀਂ ਉਹਦਾ ਖਿਆਲ ਰੱਖਦੇ ਹਾਂ। ਠੀਕ ਹੈ, ਅਤੇ ਪਾਰਕ ਨਹੀਂ ਹੈ ਸਰ ਕੋਈ? ਪਾਰਕ ਨਹੀਂ ਹੈ, ਪਾਰਕ ਨਹੀਂ ਹੈਗੀ। ਅਤੇ ਬਾਕੀ ਸਰ ਚੇਹਰਾਂ ਵਗੈਰਾ ਜਿੱਦਾਂ ਪਿੰਡ 'ਚ ਲੱਗੀਆਂ ਨੇ ਸੀਮਿੰਟ ਦੀਆਂ ਅੱਜ ਕੱਲ੍ਹ ਚੱਲ ਰਹੀਆਂ ਨੇ, ਉਹ ਲੱਗੀਆਂ ਨੇ ਸਰ ਪਿੰਡ ਵਿੱਚ? ਹਾਂਜੀ, ਚੇਹਰਾਂ ਲੱਗੀਆਂ ਨੇ, ਉਹ ਵੀ ਅਸੀਂ ਕੋਲੋਂ ਲਾਈਆਂ ਜੀ, ਕੋਈ ਉਹਦੇ ਵਿੱਚ ਗਰਾਂਟ ਨਹੀਂ ਲਈ, ਕੋਈ ਗੱਲ ਨਹੀਂ, ਆਪਣੇ ਕੋਲੋਂ ਮੈਂ ਲਾਈਆਂ। ਅੱਛਾ, ਆਪਣੇ ਕੋਲੋਂ ਲਈਆਂ, ਉਹਦੀ ਗਰਾਂਟ ਨਹੀਂ ਆਈ ਕੋਈ? ਹਾਂਜੀ। ਅਤੇ ਇਸ ਤੋਂ ਇਲਾਵਾ ਸਰ ਜਿਹੜੀ ਕੋਈ ਆਪਣੀ ਮੰਨ ਲਓ ਪਿੰਡ ਦੀ ਐਸੀ ਸਮੱਸਿਆ ਹੋਵੇ ਕਿ ਜਿਹੜੀ ਤੁਹਾਡੇ ਸਰਪੰਚ ਬਣਨ ਤੋਂ ਪਹਿਲਾਂ ਵੀ ਸੀ ਅਤੇ ਹੁਣ ਵੀ ਹੈ, ਅਤੇ ਤੁਹਾਨੂੰ ਤੁਸੀਂ ਮਤੇ ਵੀ ਪਾ ਰਹੇ ਜੇ ਜਾਂ ਤੁਹਾਡੀ ਨੌਲੇਜ ਵੀ ਹੈ ਅਤੇ ਤੁਹਾਨੂੰ ਲੱਗਣ ਡਿਆ ਕਿ ਉਹ ਕੰਮ ਨਹੀਂ ਹੋਣ ਡਿਆ ਹਾਲੇ, ਅਤੇ ਨਾ ਤੁਹਾਨੂੰ ਲੱਗਦਾ ਦੇਖਿਆ ਕਿ ਹੋਏਗਾ, ਅਤੇ ਤੁਸੀਂ ਉਹ ਕੰਮ ਕਰਵਾਉਣਾ ਚਾਹੁੰਦੇ ਪੂਰੇ ਪਿੰਡ ਨੂੰ, ਮੁਸੀਬਤਾਂ ਸਰਪੇ ਸਮੇਤ ਸਰਪੰਚ ਤੁਸੀਂ, ਅਤੇ ਉਹ ਤੁਸੀਂ ਕਹਿਣਾ ਚਾਹੋ ਤਾਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਤੱਕ ਆਪਣੀ ਆਵਾਜ਼ ਜਾ ਸਕਦੇ ਜੇ, ਤਾਂ ਕਿ ਪਤਾ ਲੱਗੇ ਸਰਕਾਰ ਨੂੰ। ਉਹ ਮੈਂ ਇੱਕ ਗੱਲ ਇਹ ਕਰਨੀ ਚਾਹੁੰਦਾ ਵਾਂ ਕਿ ਮੇਰੇ ਪਿੰਡ ਬਹੁਤ ਗਰੀਬ ਪਿੰਡ ਵਾ, ਜਿਸ ਵਿੱਚ ਮੈਂ ਲਗਭਗ 24 ਪਰਿਵਾਰਾਂ ਦੇ ਕਰੀਬ ਕੱਚੇ ਕੋਠਿਆਂ ਦੀਆਂ ਗ੍ਰਾਂਟਾਂ ਪਾਸ ਕਰਵਾਈਆਂ, ਜਿਹਦੀ ਅਜੇ ਤੱਕ ਸਾਨੂੰ ਕੋਈ ਸਹਾਇਤਾ ਨਹੀਂ ਸਰਕਾਰ ਵੱਲੋਂ ਮਿਲੀ। ਮੈਂ ਚਾਹੁੰਦਾ ਵਾਂ ਕਿ ਮੇਰੀ ਸਰਪੰਚੀ ਦੌਰਾਨ ਜਲਦ ਤੋਂ ਜਲਦ ਉਹ ਜਿਹੜੇ ਪੈਸੇ ਆ ਉਹਨਾਂ ਦੇ ਖਾਤਿਆਂ ਵਿੱਚ ਆਉਣ ਅਤੇ ਉਹ ਆਪਣੇ ਜਿਹੜੇ ਆ ਘਰ ਬਣਾ ਸਕਣ। ਇਹ ਤਾਂ ਸਰ ਕਾਫੀ ਦੇਰ ਦੀ, ਇਹ ਤੁਹਾਡੇ ਸਰਪੰਚ ਬਣਨ ਤੋਂ ਪਹਿਲਾਂ ਦੀ ਸਕੀਮ ਚੱਲਦੀ ਹੈ ਅਤੇ ਹਾਲੇ ਤੱਕ ਆਈ ਨਹੀਂ? ਨਹੀਂ, ਮੇਰੇ ਸਰਪੰਚ ਬਣਨ ਤੋਂ ਪਹਿਲਾਂ ਚੱਲਦੀ ਸੀਗੀ, ਲਾਗੇ ਸਾਰੇ ਪਿੰਡਾਂ 'ਚ ਪਏ ਕੰਮ ਚੱਲ ਰਿਹਾ। ਮੇਰੇ ਪਿੰਡ ਦੇ ਵਿੱਚ ਸਰਪੰਚ ਨੇ ਇੰਨਾ ਕੀਤਾ ਹੀ ਨਹੀਂ। ਮੈਂ ਆਪਣੀ ਸਰਪੰਚੀ ਦੌਰਾਨ 24 ਘਰ ਪਾਸ ਕਰਾਏ ਆ, ਮੈਂ ਚਾਹੁੰਦਾ ਵਾਂ ਕਿ ਉਹ ਜਲਦ ਤੋਂ ਜਲਦ ਸਰਕਾਰ ਸਾਡੀ ਸਹਾਇਤਾ ਕਰੇ, ਉਹ ਗਰੀਬ ਪਰਿਵਾਰ ਜਿਹੜੇ ਇਸ ਵੇਲੇ ਬਹੁਤ ਹੀ ਮਾੜੇ ਹਾਲਾਤ ਵਿੱਚ ਰਹਿ ਰਹੇ ਆ, ਉਹਨਾਂ ਦੇ ਘਰ ਬਣ ਸਕਣ। ਠੀਕ ਹੈ ਜੀ, ਅਤੇ ਇਹ ਸਰ ਇਸ ਤੋਂ ਇਲਾਵਾ ਹੋਰ ਤੁਸੀਂ ਕੋਈ ਆਪਣੇ ਪਿੰਡ ਵਾਸੀਆਂ ਨੂੰ ਜਾਂ ਜਿਹੜੇ ਇਹ ਬਿਮਾਰੀ ਚੱਲ ਰਹੀ ਹੈ ਕਰੋਨਾ, ਇਸ ਤੋਂ ਬਚਣ ਲਈ ਸਾਡੇ ਦੇਖ ਰਹੇ ਦਰਸ਼ਕ ਜਾਂ ਤੁਹਾਡੇ ਪਿੰਡ ਵਾਸੀ, ਅਤੇ ਉਹਨਾਂ ਨੂੰ ਇਸ ਤੋਂ ਬਚਣ ਲਈ ਸੁਝਾਅ ਦੇਣਾ ਚਾਹੋ ਕਿ ਕਿੱਦਾਂ ਆਪਾਂ ਇਸ ਤੋਂ ਬਚ ਸਕਦੇ ਹਾਂ ਅਤੇ ਕਿੱਦਾਂ ਰਹਿਣਾ ਚਾਹੀਦਾ? ਸਰ ਉਹ ਅਸੀਂ ਸੁਝਾਅ ਕੀ ਦੇਣਾ, ਅਸੀਂ ਤਾਂ ਆਪ ਖੁਦ ਹਰ ਇੱਕ ਦੇ ਘਰ ਜਾ ਕੇ ਉਹਨਾਂ ਨੂੰ ਦੱਸੀਦਾ ਵੀ ਕਿਸ ਤਰ੍ਹਾਂ ਇਸ ਬਿਮਾਰੀ ਤੋਂ ਆਪਾਂ ਬਚਾ ਰੱਖ ਸਕਦੇ ਹਾਂ। ਬਹੁਤ ਹੀ ਵਧੀਆ ਤਰੀਕੇ ਨਾਲ ਮੇਰੀ ਪੰਚਾਇਤ ਲਗਭਗ ਅਸੀਂ ਹਫ਼ਤੇ ਦੇ ਵਿੱਚ ਇੱਕ ਦਿਨ ਰੱਖਿਆ ਵਾ ਪਿੰਡ ਵਿੱਚ ਫਿਰਨ ਵਾਸਤੇ ਇਸੇ ਕੰਮ ਬਾਰੇ, ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਕਿਸ ਤਰ੍ਹਾਂ ਅਸੀਂ ਇਹ ਬਿਮਾਰੀ ਭਿਆਨਕ ਬਿਮਾਰੀ ਤੋਂ ਬਚ ਸਕਦੇ ਹਾਂ। ਬਾਕੀ ਪਿੰਡ ਸਾਡਾ ਬਹੁਤ ਹੀ ਵਧੀਆ ਹੈ, ਪੱਖੋਂ ਮੇਰਾ ਪੂਰਾ ਸਾਥ ਦੇ ਰਹੇ ਆ, ਜਦੋਂ ਜਿੱਥੇ ਕਹਾਂ ਉੱਥੇ ਹਾਜ਼ਰ ਹੁੰਦੇ ਆ, ਇਸ ਗੱਲ ਦਾ ਸਾਨੂੰ ਕੋਈ ਦਿੱਕਤ ਨਹੀਂ, ਸਾਨੂੰ ਇਹ ਬਿਮਾਰੀ ਬਾਰੇ ਕੋਈ ਐਸੀ ਕੋਈ ਪ੍ਰੋਬਲਮ ਨਹੀਂ ਆ ਰਹੀ। ਠੀਕ ਹੈ ਜੀ, ਅਤੇ ਹੋਰ ਸਰ ਤੁਸੀਂ ਆਪਣੇ MLA ਸਾਹਿਬ ਬਾਰੇ, ਤੁਹਾਡੇ ਇਲਾਕੇ ਦੇ MLA ਨੇ ਫਤਿਹ ਜੰਗ ਸਿੰਘ ਜੀ ਬਾਜਵਾ, ਉਹਨਾਂ ਬਾਰੇ ਤੁਸੀਂ ਕਹਿਣਾ ਚਾਹੋ? ਅਸੀਂ ਜੰਗ ਸਿੰਘ ਬਾਜਵਾ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਦੀ ਅਸੀਂ ਰਹਿਨੁਮਾਈ ਹੇਠ ਕੰਮ ਕਰ ਰਹੇ ਹਾਂ ਪਿੰਡਾਂ ਦੇ, ਬਹੁਤ ਵਧੀਆ ਸੂਝਵਾਨ ਇੱਕ ਸਾਡੇ MLA ਨੇ। ਮੈਂ ਚਾਹੁੰਦਾ ਵਾਂ ਕਿ ਉਹ ਤਗੜੇ ਹੋ ਕੇ ਜਿਸ ਤਰ੍ਹਾਂ ਕੰਮ ਕਰਵਾ ਰਹੇ ਆ ਸਾਡੇ ਪਿੰਡ ਵੱਲ ਵੀ ਖਿਆਲ ਦੇਣ, ਅਸੀਂ ਉਹਨਾਂ ਦੇ ਪੱਕੇ ਵਰਕਰ ਹਾਂ ਜੀ, ਪਿਛਲੇ 20 ਸਾਲ ਤੋਂ ਲਗਭਗ ਅਸੀਂ ਉਹਨਾਂ ਦੇ ਨਾਲ ਤੁਰੇ ਹਾਂ ਅਤੇ ਉਹਨਾਂ ਦੇ ਹੀ ਹਾਂ, ਉਹਨਾਂ ਨਾਲ ਹੀ ਰਹਾਂਗੇ। ਪੰਚ ਸਾਹਿਬ, ਇੱਕ ਹੁਣ ਜਿਹੜੀ ਆ ਸਕੀਮ ਆਈ ਹੈ ਕੈਟਲ ਸੈੱਟ ਦੀ, ਅਤੇ ਆਪਣੇ ਪਿੰਡ ਵਿੱਚ ਉਹ ਮਿਲੀ ਲੋਕਾਂ ਨੂੰ, ਉਹਦਾ ਫਾਇਦਾ ਹੋਏ ਨੇ ਪਾਸ ਕਿਸਦੇ? ਹਾਂਜੀ ਹਾਂਜੀ, ਉਹ ਕੈਟਲ ਸੈੱਟ ਮੈਂ ਲਗਭਗ 16 ਕੈਟਲ ਸੈੱਟ ਜਿਹੜੇ ਆ ਉਹ ਪਾਸ ਕਰਵਾਏ ਆ, ਜਿਹਦੇ ਵਿੱਚੋਂ 10 ਕੁ ਬਣ ਗਏ ਆ, ਬਾਕੀਆਂ ਦਾ ਕੰਮ ਚੱਲ ਰਿਹਾ ਵਾ, ਲੋਕਾਂ ਨੂੰ ਲੇਬਰ ਦੇ ਪੈਸੇ ਪਵਾ ਦਿੱਤੇ ਗਏ ਆ।
ਹੁਣ ਕੰਪਲੀਟ ਜਦੋਂ ਕਰ ਲੈਂਦੇ ਆ ਤੇ ਬਾਕੀ ਬਾਕੀ ਵੀ ਉਦੋਂ ਸਰਕਾਰ ਪੈਣਗੇ, ਵੱਲੋਂ ਚਲੋ ਉਹਨਾਂ ਨੂੰ ਪੈਸੇ ਮਿਲ ਜਾਣਗੇ। ਮਤਲਬ 15 ਕਰਵਾਈਆਂ, 16 16 ਕਰਵਾਏ, 16 ਕਰਵਾਏ ਕਰਵਾਏ ਤੇ ਉਹਨਾਂ ਚੋਂ 10 ਬਣ ਚੁੱਕੀਆਂ ਨੇ, 10 ਬਣ ਚੁੱਕੀਆਂ ਨੇ ਤੇ ਬਾਕੀ ਬਣ ਰਹੀਆਂ ਨੇ, ਬਣ ਨੇ ਰਹੀਆਂ ਨੇ ਜਿਨ੍ਹਾਂ ਦੀ ਮੈਂ ਲੇਬਰ ਪਵਾ ਦਿੱਤੀ ਆ। ਠੀਕ ਹੈ ਜੀ, ਮਤਲਬ ਚੱਲਦਿਆ ਕੰਮ ਉਹਨਾਂ ਕੰਮ ਚੱਲ ਰਿਹਾ। ਮੈਂ ਗੁਰਮੁਖ ਸਿੰਘ ਪੰਜਾਬ ਸਰਪੰਚ ਚੈਨਲ ਤੋਂ, ਤੇ ਹੁਣੇ ਅਸੀਂ ਸਰਪੰਚ ਬਲਜੀਤ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਅਤੇ ਇਹ ਤੁਹਾਨੂੰ ਜਿੱਦਾਂ ਕਿ ਪਹਿਲਾਂ ਦੱਸਿਆ ਕਿ ਇਹਨਾਂ ਦੇ ਪਿੰਡ ਦੀਆਂ ਜੋ ਵੀ ਪ੍ਰੋਬਲਮਸ ਆ ਇਹਨਾਂ ਸਾਰੀਆਂ ਆਪਣੀ। ਮੈਂ ਕੁਲਵੰਤ ਸਿੰਘ ਪੰਜਾਬ ਫੋਕਸ ਚੈਨਲ ਤੋਂ, ਅਤੇ ਅਸੀਂ ਹੁਣੇ ਗੱਲ ਕੀਤੀ ਸਰਪੰਚ ਬਲਜੀਤ ਸਿੰਘ ਜੀ, ਪਿੰਡ ਸੁਜਾਨਪੁਰ ਡਿਸਟ੍ਰਿਕਟ ਗੁਰਦਾਸਪੁਰ ਦਾ ਪਿੰਡ ਹੈ, ਹਲਕਾ ਕਾਦੀਆਂ ਦੇ ਵਿੱਚ ਆਉਂਦਾ ਪਿੰਡ ਹੈ, ਅਤੇ ਸਰਪੰਚ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਕਰੋਨਾ ਦੇ ਜਿਹੜੇ ਆਏ ਸੀ ਆਊਟ ਆਫ ਕੰਟਰੀ ਤੋਂ 10-15 ਬੰਦੇ ਆਏ ਸੀ, ਅਤੇ ਉਹਨਾਂ ਨੂੰ ਵੀ ਹੋਮ ਕੁਆਰੰਟਾਈਨ ਕੀਤਾ ਗਿਆ ਸਾਰਿਆਂ ਨੂੰ, ਅਤੇ ਉਹਨਾਂ ਦੀ ਵਧੀਆ ਤਰੀਕੇ ਨਾਲ ਦੇਖ ਰੇਖ ਕੀਤੀ ਗਈ, ਅਤੇ ਬਾਕੀ ਜਿਹੜੇ ਆਊਟ ਆਫ ਸਟੇਟ ਤੋਂ ਆਏ ਸੀ ਉਹ ਵੀ 5-7 ਜਣੇ ਹੈਗੇ ਸੀ, ਉਹਨਾਂ ਨੂੰ ਵੀ ਹੋਮ ਕੁਆਰੰਟਾਈਨ ਹੀ ਕੀਤਾ ਗਿਆ, ਉਹਦੇ ਵਿੱਚੋਂ ਕੋਈ ਵੀ ਪੋਜ਼ਿਟਿਵ ਕੇਸ ਨਹੀਂ ਨਿਕਲਿਆ, ਸਾਰੇ ਹੀ ਨੈਗੇਟਿਵ ਕੇਸ ਨੇ, ਅਤੇ ਬਹੁਤ ਵਧੀਆ ਆਪਣੇ ਪਰਿਵਾਰਾਂ ਦੇ ਨਾਲ ਖੁਸ਼ ਰਹਿ ਰਹੇ ਨੇ। ਇੱਕ ਇਹਨਾਂ ਨੂੰ ਪਿੰਡ ਦੇ ਵਿੱਚ ਲਾਉਣ ਵਾਸਤੇ ਗਲੀਆਂ ਨਾਲੀਆਂ ਇਹਨਾਂ ਬਣਾਈਆਂ, ਬਾਕੀ ਸਰਪੰਚ ਸਾਹਿਬ ਨੇ ਆਪਣੇ ਕੋਲੋਂ ਜਿਹੜੇ ਕਿ ਆਪਣੇ ਨਿੱਜੀ ਤੌਰ 'ਤੇ ਪੈਸੇ ਲਾ ਕੇ ਅਤੇ ਕਾਫੀ ਕੰਮ ਕਰਵਾਏ ਨੇ ਪਿੰਡ ਦੇ, ਅਤੇ ਇਹਨਾਂ ਦੀ ਇੱਕ ਅਪੀਲ ਹੈ ਸਰਕਾਰ ਅੱਗੇ ਕਿ ਜਿਹੜੇ ਗਰੀਬਾਂ ਵਾਸਤੇ ਕੱਚੇ ਮਕਾਨਾਂ ਦੇ ਐਲਾਨ ਹੋਇਆ ਸੀ, ਪੈਸੇ ਮਿਲਦੇ ਸੀ, ਅਤੇ ਇਹਨਾਂ ਨੇ ਉਹ ਆਪਣੀ ਸਰਪੰਚੀ ਦੇ ਦੌਰਾਨ 24 ਮਕਾਨਾਂ ਦੇ ਜਿਹੜੇ ਨੇ ਕਿ ਪੈਸੇ ਪਾਸ ਕਰਵਾਏ ਨੇ, ਅਤੇ ਉਹ ਹਾਲੇ ਤੱਕ ਕਿਸੇ ਦੇ ਵੀ ਅਕਾਊਂਟ ਵਿੱਚ ਨਹੀਂ ਪਏ, ਜਿਹੜਾ ਕਿ ਲਾਗੇ ਦੇ ਪਿੰਡਾਂ ਦੇ ਵਿੱਚ ਕੰਮ ਚੱਲ ਰਹੇ ਨੇ ਉਹਨਾਂ ਦੇ ਪੈਸੇ ਆ ਵੀ ਚੁੱਕੇ ਨੇ, ਅਤੇ ਸਿਰਫ ਇਹਨਾਂ ਦੇ ਪਿੰਡ ਵਿੱਚ ਜਿਹੜੇ ਕਿ ਲੋਕਾਂ ਦੇ ਪੈਸੇ ਨਹੀਂ ਆਏ ਕਿਸੇ ਦੇ ਵੀ 24 ਪਰਿਵਾਰਾਂ 'ਚੋਂ, ਅਤੇ ਇਹਨਾਂ ਦੀ ਇਹ ਅਪੀਲ ਹੈ ਕਿ ਉਹਨਾਂ ਦੇ ਇਹਨਾਂ ਦੀ ਸਰਪੰਚੀ ਦੇ ਦੌਰਾਨ ਹੀ ਹੁੰਦਿਆਂ ਹੀ ਉਹ ਪੈਸੇ ਆ ਜਾਣ, ਤਾਂ ਕਿ ਉਹ ਜਿਹੜੇ ਗਰੀਬ ਪਰਿਵਾਰ ਨੇ ਉਹ ਬਹੁਤ ਹੀ ਮਾੜੀ ਹਾਲਤ ਵਿੱਚ ਰਹਿ ਰਹੇ ਨੇ, ਅਤੇ ਉਹਨਾਂ ਦੇ ਜਿਹੜੇ ਮਕਾਨ ਹੈ ਉਹ ਬਣ ਜਾਣ। ਇਹ ਇਹਨਾਂ ਦੀ ਬਹੁਤ ਵਧੀਆ ਸੋਚ ਹੈ। ਚਲੋ ਪੰਜਾਬ ਫੋਕਸ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਧੰਨਵਾਦ ਕਰਦਾ ਹਾਂ। ਧੰਨਵਾਦ ਹੈ ਜੀ।